ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਅੰਮ੍ਰਿਤਸਰ ਦੇ ਕਚਹਿਰੀ ਚੌਂਕ 'ਚ ਖੜ੍ਹੀ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸਕਾਰਪੀਓ ਗੱਡੀ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਦੀ ਪਾਰਕਿੰਗ 'ਚ ਖੜ੍ਹੀ ਸੀ ਜਿਸ ਤੋਂ ਬਾਅਦ ਅਚਾਨਕ ਹੀ ਗੱਡੀ ਨੂੰ ਅੱਗ ਲੱਗ ਗਈ। ਸੇਵਾ ਸੁਸਾਇਟੀ ਧਾਕਸੀ ਰਾਮ ਦੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ ਅਤੇ ਨਗਰ ਨਿਗਮ ਦੀ ਗੱਡੀ ਦੇ ਵੱਲੋਂ ਵੀ ਮੌਕੇ 'ਤੇ ਪਹੁੰਚ ਕੇ ਸਕਾਰਪੀਓ ਗੱਡੀ ਨੂੰ ਲੱਗੀ ਅੱਗ 'ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦਾ ਕਹਿਣਾ ਹੈ ਕਿ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਅਜਿਹੀਆਂ ਦੁਰਘਟਨਾਵਾਂ ਵਾਲੀ ਥਾਂ 'ਤੇ ਪਹੁੰਚਣ ਲਈ ਦੇਰੀ ਹੋ ਜਾਂਦੀ ਹੈ। ਦੇਖੋ ਜੀ, ਅਸੀਂ ਸੇਵਾ ਸੁਸਾਇਟੀ ਫਾਇਰ ਬ੍ਰਿਗੇਡ ਧਾਵਸਤੀ ਰਾਮ ਤੋਂ ਆਏ ਹਾਂ। ਕੁਛ ਦੇਰ ਪਹਿਲਾਂ ਸਾਨੂੰ ਸਲਾਹ ਮਿਲੀ ਸੀ ਕਿ ਕਚਹਿਰੀ ਚੌਂਕ ਦੇ ਵਿੱਚ ਅੱਗ ਲੱਗੀ ਆ। ਅਸੀਂ ਜਦੋਂ ਮੌਕੇ 'ਤੇ ਇੱਥੇ ਪਹੁੰਚੇ ਹਾਂ, ਮੌਕੇ 'ਤੇ ਦੇਖਿਆ ਇੱਕ ਕਾਰ ਨੂੰ ਅੱਗ ਲੱਗੀ ਹੋਈ ਸੀ। ਅਸੀਂ ਮੌਕੇ 'ਤੇ ਇੱਕ ਗੱਡੀ ਢਾਵਸਤੀ ਰਾਮ ਫਾਇਰ ਬ੍ਰਿਗੇਡ ਦੀ ਅਤੇ ਦੂਸਰੀ ਗੱਡੀ ਨਗਰ ਨਿਗਮ ਦੀ ਇੱਥੇ ਮੌਕੇ 'ਤੇ ਪਹੁੰਚ ਚੁੱਕੀ ਆ। ਅਸੀਂ ਦੇਖਿਆ ਇੱਥੇ ਆਏ ਜਦੋਂ ਅੱਗ ਬਹੁਤ ਜ਼ਿਆਦਾ ਸੀ, ਅਸੀਂ ਮੌਕੇ 'ਤੇ ਪੈਪ ਵਿਛਾਈ, ਉਹ ਦੌਰਾ ਪਾਣੀ ਲਾ ਕੇ ਅੱਗ 'ਤੇ ਪੂਰਾ ਕੰਟਰੋਲ ਕਰ ਲਿੱਤਾ ਗਿਆ। ਲਗਭਗ 10 ਮਿੰਟਾਂ 'ਚ ਅਸੀਂ ਗੱਡੀ ਪੂਰੀ ਅੱਗ 'ਤੇ ਕੰਟਰੋਲ ਕਰ ਲਿੱਤਾ ਹੈ। ਪਬਲਿਕ ਦਾ ਕਹਿਣਾ ਕਿ 10 ਮਿੰਟ ਲੇਟ ਹੋਈ। ਪਬਲਿਕ ਦੇਖੋ ਜੀ, ਸਾਡੀ ਗੱਡੀ ਤਾਂ ਮੌਕੇ 'ਤੇ ਪਹੁੰਚ ਚੁੱਕੀ ਸੀ, ਨਗਰ ਨਿਗਮ ਦੀ ਗੱਡੀ ਜਿਹੜੀ 5-7 ਮਿੰਟ ਜਿਹੜੀ ਲੇਟ ਹੋਈ ਆ ਉਹਦੀ ਵਜ੍ਹਾ ਹੈ ਟ੍ਰੈਫਿਕ। ਕਿਉਂਕਿ ਰਸਤੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਟ੍ਰੈਫਿਕ ਦਾ ਬਹੁਤ ਹੀ ਬੁਰਾ ਹਾਲ ਹੈ, ਬਹੁਤ ਜ਼ਿਆਦਾ ਸਮੱਸਿਆ ਟ੍ਰੈਫਿਕ ਤੋਂ। ਅੱਗੇ ਲੋਕ ਨਗਰ ਨਿਗਮ ਦੀ ਭਾਵੇਂ ਗੱਡੀ ਢਾਵਸਤੀ ਰਾਮ ਦੀ ਭਾਵੇਂ ਨਗਰ ਨਿਗਮ ਦੀ ਹੋਵੇ, ਲੇਕਿਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਅੱਗੇ ਲੋਕ ਦੇਖ ਕੇ ਰਸਤਾ ਦੇ ਦਿੰਦੇ ਸੀ। ਹੁਣ ਜਿਹੜੇ ਕਾਰ ਦੇ ਵਿੱਚ ਲੋਕ ਅੱਜ ਕੱਲ੍ਹ ਗਾਣੇ ਲਗਾ ਕੇ ਅੱਗੇ ਚਲਾਉਂਦੇ ਰਹਿੰਦੇ ਨੇ, ਪਿੱਛੋਂ ਉਹਨਾਂ ਨੂੰ ਹੂਟਰ ਵੱਜਦਾ, ਗੱਡੀ ਦੀ ਕੋਈ ਸੁਣਵਾਈ ਨਹੀਂ ਹੁੰਦੀ। ਲੇਕਿਨ ਫਿਰ ਆਪਾਂ ਥੋੜ੍ਹਾ ਜਿਹਾ ਅੱਗੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਪਿੱਛੇ ਫਾਇਰ ਬ੍ਰਿਗੇਡ ਆ ਰਹੀ ਆ, ਫਿਰ ਉਹ ਇੱਕਦਮ ਦੇਖ ਕੇ ਗੱਡੀ ਆਪਣੀ ਸਾਈਡ 'ਤੇ ਕਰ ਲੈਂਦੇ ਨੇ। ਸਰ, ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਇਸ ਕਰਕੇ ਥੋੜ੍ਹੀ ਲੇਟ ਪਹੁੰਚਣ ਦਾ ਇਹੀ ਤੁੱਕ ਹੁੰਦਾ ਜੀ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।